हथों दोस्त का कतल, दोस्त नू जिंदा साड़िया, वारदात सीसीटीवी च हुई कैद। जी हां, दोस्त दा रिश्ता दागदार होया है। जिला बरनाला दे पिंड कालेके च जिथे अवतार नां दे शख्स ने अपने दोस्त रणजीत सिंह नू जिंदा साड़ के मौत दे घाट उतार दिता। पर उसका यह दिल दहलाउन वाला कारा उसके घर दे बाहर लगे सीसीटीवी च कैद हो गया। तस्वीरां च साफ दिखाई दे रहा है कि एक शख्स वालों अग लगाई जा रही है, ते जिवें ही अग लग जाती है तो उसनू होर तेज करन लई ओ अग ते होर लक्कड़ ते बालन पाउंदा है। इस वारदात दा पिंड वासियां नू सवेरे पता लगा, जिन्हां बुरी तरह सड़ चुकी रणजीत सिंह दी लाश नू बा मुश्किल पछाण कीती। पिंड वासियां ते मृतक दे परिवार मुताबक रणजीत सिंह मुजरमाना सुभा दा शख्स है अते उसते पहला भी कई संगीन मामले दर्ज ने। इस कतल दी वजह पिंड वासियां वल्लों दोहां दोस्तां विचाले होए झगड़े नू दस रहे ने। ਇਹ ਘਟਨਾ ਵਾਪਰੀ, ਇਹ ਇਹਨੂੰ ਸਾਫ ਦਵਾਇਆ ਜਾਵੇ ਇਹਨੂੰ ਪਰਿਵਾਰ ਨੂੰ, ਤੇ ਜੀ ਇਹ ਅੱਗੇ ਵਾਸਤੇ ਕੋਈ ਇਹੋ ਜਿਹਾ ਘਟਨਾਵਾਂ ਨਾ ਕਰੇ। ਇਹਨੇ ਪਹਿਲਾਂ ਵੀ ਇੱਕ ਦੋ ਹਨਾ ਜਿਹੜੀ ਇਹ ਕੇਸ ਕਰੇ ਨੇ ਜੀ, ਇੱਕ ਮੁੰਡੇ ਨਾਲ ਉਹਨੇ ਰੈਪ ਕੀਤਾ ਸੀ, ਉਹ ਜੋ ਇਹ ਹਨਾ ਜ਼ਮਾਨਤ 'ਤੇ ਆ ਗਿਆ ਜੀ। ਅਸੀਂ ਇਹੀ ਚਾਹੁੰਦੇ ਵੀ ਸਾਨੂੰ ਇਹਨੂੰ ਕੋਈ ਸਰਕਾਰੀ ਮਦਦ ਦਿੱਤੀ ਜਾਵੇ। ਦੋ ਚਾਰ ਦਿਨਾਂ ਦੇ ਪਹਿਲਾਂ ਇਕੱਠੇ, ਪਹਿਲਾਂ ਵੀ ਇਹਨੇ ਮਿੱਤੇ ਜਾਰੀ ਸੀ, ਹੁਣ ਵੀ ਇਕੱਠੇ ਰਹਿੰਦੇ ਸੀ, ਅਤੇ ਇਹ ਤੜਕੇ ਗਿਆ ਗਾ ਉਹਨਾਂ ਕੋਲ 3:15 ਵਜੇ, ਅਤੇ ਉਦੋਂ ਬਾਅਦ 'ਚ ਇਹਨਾਂ ਦੀ ਕੋਈ ਗੱਲਬਾਤ ਹੋਈ ਆ, ਅਤੇ ਉਦੋਂ ਬਾਅਦ 'ਚ ਫਿਰ ਇਹਨੇ ਕੁੱਟ ਕੇ ਮਾਰ ਕੇ ਅੱਗ ਮਚਾ ਕੇ ਤੇਲ ਪਾ ਕੇ ਲੱਕੜਾਂ ਪਾ ਕੇ ਅਤੇ ਇਹਨੂੰ ਛਾੜ ਦਿੱਤਾ। ਇਹਦੇ 'ਤੇ ਬੰਦੇ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ, ਅਤੇ ਉਹਦੇ 'ਚ ਵੀ ਇਹਨੇ ਕਿਸੇ ਇਹਨੇ ਪ੍ਰਸ਼ਾਸਨ ਨੇ ਕੁਛ ਨਹੀਂ ਇਹ 'ਤੇ ਨੱਥ ਮਾਰੀ। ਇਹ 'ਤੇ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਵੱਧੋ ਵੱਧ ਹੁਣ ਇਹ 'ਤੇ ਨੱਥ ਮਾਰੀ ਜਾਵੇ ਅਤੇ ਇਹ 'ਤੇ ਸਖ਼ਤ ਕਾਰਵਾਈ ਕਰੀ ਜਾਵੇ। ਉਧਰ ਕਤਲ ਦੀ ਮਿਲੀ ਜਾਣਕਾਰੀ ਮਗਰੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਫਰਾਰ ਮੁਲਜ਼ਮ ਅਵਤਾਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਅਕਸਰ ਅਵਤਾਰ ਕੋਲ ਹੀ ਰਹਿੰਦਾ ਸੀ ਅਤੇ ਕਤਲ ਵਾਲੀ ਰਾਤ ਵੀ ਉਹ ਉਸ ਕੋਲ ਹੀ ਰੁਕਿਆ ਸੀ, ਜਿਸ ਕਰਕੇ ਅਵਤਾਰ ਨੇ ਪਹਿਲਾਂ ਰਣਜੀਤ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਹਾਲਤ 'ਚ ਉਸ ਨੂੰ ਅੱਗ ਲਗਾ ਕੇ ਜਿਉਂਦਾ ਹੀ ਸਾੜ ਦਿੱਤਾ। ਰਣਜੀਤ ਸਿੰਘ ਪੁੱਤਰ ਸਰਦੇਸ਼ ਸਿੰਘ ਬਦਰੇ ਪਿੰਡ ਦਾ, ਇੱਕ ਤਾਂ ਦੋਸਤ ਅਵਤਾਰ ਸਿੰਘ ਜੀ ਆਪਣੇ ਪਿੰਡ ਕਾਲੇ ਕਹਿੰਦਾ, ਦੋਨੇ ਇਕੱਠੇ ਰਹੇ ਅਕਸਰ, ਦੋਨੇ ਹੀ ਆਉਣ ਕਾਲੇ ਦਾ ਮੇਲਾ ਚੱਲਦਾ ਸੀ, ਇਕੱਠੇ ਰਹਿੰਦੇ ਹਰ ਅਕਸਰ, ਇਹ ਘਰ ਘੱਟ ਵਧੀ ਜਾਂਦਾ ਸੀਗਾ। ਇਹ ਰਾਤ ਇਹਦੇ ਕੋਲ ਸੀਗਾ, ਰਾਤ ਇਹਨੇ ਇਸ ਦੀ ਇਹ ਬੰਦੇ ਕਾਹਦੇ ਨਾਲ ਕੁੱਟ ਮਾਰ ਕੇ ਇਹਦੀ ਮੌਤ ਕੀਤੀ ਹੈ, ਅਤੇ ਇਹਦੀ ਲਾਸ਼ ਨੂੰ ਖੁਰਦਵਾ ਕਰਨ ਇਹਦੀ ਲਾਸ਼ ਨੂੰ ਛੱਡ ਰਿਹਾ ਸੀ। ਜਦੋਂ ਪਤਾ ਲੱਗੇ ਮੌਕੇ ਪੁਲਿਸ ਪਾਰਟੀ ਗਈ ਸੀ, ਕਾਰਵਾਈ ਕੀਤੀ ਜਾ ਰਹੀ, ਇਹਦੇ ਖਿਲਾਫ਼ ਕਾਤਲਾਮ ਕਦਮ ਦਰਜ ਕੀਤਾ ਗਿਆ, ਦੋਸ਼ੀ ਦੀ ਤਲਾਸ਼ ਜਾਰੀ, ਜਲਦੀ ਗ੍ਰਿਫਤਾਰ ਕਰ ਲਿਆ ਜੀ। ਬਹਰਹਾਲ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਬਰਨਾਲਾ ਤੋਂ ਅਸ਼ੀਸ਼ ਸ਼ਰਮਾ ਦੀ ਰਿਪੋਰਟ।